ਹਾਂ ਵੀ ਆਉਂਦੀ ਆ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ। ਜਿਵੇਂ ਸਾਡੇ ਨਾਭਾ ਹਲਕੇ ਤੋਂ ਸੈਕਟਰੀ ਸਾਹਿਬ ਸਵੈਸਰ ਹੀ ਅੱਜ ਆਏ ਨੇ, ਤੇ ਵਰਕਰਾਂ ਦਾ ਵੀ ਹੌਸਲਾ ਹੁੰਦਾ ਜਦੋਂ ਕੋਈ ਅਫਸਰ ਉਹਨਾਂ ਦਾ ਆ ਕੇ ਉਹਨਾਂ ਨੂੰ ਮਿਲਦਾ, ਤੇ ਅੱਜ ਉਹ ਸਾਨੂੰ ਸਕੀਮਾਂ ਬਾਰੇ ਵੀ ਦੱਸਣਗੇ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਰ ਜਿਹੜਾ ਅੱਜ ਦਾ ਡੇ ਆ ਜੀ, ਇਹਦੇ ਬਾਰੇ ਜਾਣਕਾਰੀ ਦਿਓਗੇ ਜੀ? ਸ਼ਾਇਦ ਕੁਝ ਲੋਕਾਂ ਨੂੰ ਨਹੀਂ ਪਤਾ ਹੁੰਦਾ ਜੀ। ਇਹ ਜਿਹੜਾ ਜੀ ਅੱਜ ਦਾ ਦਿਨ ਆ, ਬਹੁਤ ਹੀ ਸੁਭਾਗਾ ਦਿਨ ਆ ਇੱਕ ਮਜ਼ਦੂਰ ਕਮਿਊਨਿਟੀ ਵਾਸਤੇ, ਕਿਉਂਕਿ ਇੱਕ ਬਾਬੇ ਨਾਨਕ ਦਾ ਪਹਿਲਾ ਸ਼ਬਦ ਹੈ ਕਿ ਕਿਰਤ ਕਰਕੇ ਹੀ ਨਾਮ ਬਾਅਦ ਦੇ ਵਿੱਚ ਜਪਣਾ ਦੱਸਿਆ, ਪਹਿਲਾਂ ਕਿਰਤ ਨੂੰ ਮੁੱਖ ਰੱਖਿਆ ਗਿਆ ਜੀ। ਇਹ ਮਜ਼ਦੂਰ ਨਹੀਂ, ਇਹ ਇੱਕ ਕਿਰਤੀ ਯੋਧੇ ਨੇ ਜੀ, ਜਿਨ੍ਹਾਂ ਕਰਕੇ ਇਹ ਪਿੰਡ ਵਸੇ ਨੇ, ਸ਼ਹਿਰ ਵਸੇ ਨੇ ਅਤੇ ਸਰਕਾਰੀ ਬਿਲਡਿੰਗਾਂ ਵਸੀਆਂ ਨੇ। ਇਹ ਮਜ਼ਦੂਰਾਂ ਦੀ ਮਿਹਨਤ ਦੇ ਸਦਕੇ ਹੀ ਵਸਦੀਆਂ ਨੇ। ਮੇਰੇ ਹਿਸਾਬ ਨਾਲ ਤਾਂ ਜਿਹੜਾ ਇਹ ਸੰਸਾਰ ਜ਼ਿਆਦਾਤਰ ਇਹ ਮਜ਼ਦੂਰਾਂ ਨਾਲ ਹੀ ਚੱਲਦਾ ਹੈ। ਇਹਨਾਂ ਨੂੰ ਮਜ਼ਦੂਰਾਂ ਦੀ ਜਗ੍ਹਾ 'ਤੇ ਸਰਕਾਰ ਨੂੰ ਇਹਨਾਂ ਦਾ ਨਾਮ ਕੀਰਤੀ ਯੋਧੇ ਰੱਖਣਾ ਚਾਹੀਦਾ ਹੈ, ਅਤੇ ਕੀਰਤੀ ਯੋਧਿਆਂ ਦੇ ਨਾਮ 'ਤੇ ਇਹਨਾਂ ਨੂੰ ਇਹ ਜਿਹੜੀ ਇੱਕ ਛੁੱਟੀ ਹੈ ਜਿਹੜੀ ਉਹ ਦੇਣੀ ਚਾਹੀਦੀ ਹੈ ਜੀ। ਕਿਉਂਕਿ ਇਹ ਬਹੁਤ ਮਿਹਨਤ ਕਰਕੇ ਇੱਕ ਇੰਨੀ ਮਹਿੰਗਾਈ ਦੇ ਵਿੱਚ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਆਪਣਾ ਗੁਜ਼ਾਰਾ ਕਰਦੇ ਨੇ ਅਤੇ ਆਪਣੇ ਬੱਚਿਆਂ ਨੂੰ ਪਾਲਦੇ ਨੇ, ਪੜ੍ਹਾਉਂਦੇ ਨੇ। ਆਪਾਂ ਖੁਦ ਸੋਚ ਸਕਦੇ ਹਾਂ ਕਿ ਅਸੀਂ ਮੁਲਾਜ਼ਮ ਹੋ ਕੇ ਵੀ ਆਪਣੀ ਜ਼ਿੰਦਗੀ ਨੂੰ ਬੜੀ ਐਡਜਸਟਮੈਂਟ ਕਰਕੇ ਚਲਾਉਂਦੇ ਹਾਂ, ਪਰ ਆਪਾਂ ਜੇ ਸੋਚੀਏ ਇਹ ਰੋਜ਼ ਦਾ ਕੰਮ ਕਰਕੇ ਸ਼ਾਮ ਨੂੰ ਜਿਹੜੀ ਬਣਦੀ ਆ ਉਹਦੇ ਨਾਲ ਆਪਣੇ ਬੱਚਿਆਂ ਦਾ ਪੇਟ ਵੀ ਭਰਨਾ ਆ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ, ਕੱਪੜਿਆਂ ਦਾ ਖਰਚਾ, ਕਿਸ ਤਰ੍ਹਾਂ ਆਪਣਾ ਗੁਜ਼ਾਰਾ ਕਰਦੇ ਨੇ। ਧੰਨ ਨੇ ਇਹ ਜੀ, ਬਾਬੇ ਨਾਨਕ ਨੇ ਤਾਂ ਹੀ ਇਹਨਾਂ ਨੂੰ ਬਹੁਤ ਮਹਾਨਤਾ ਦਿੱਤੀ ਹੈ ਜੀ। ਪਹਿਲਾਂ ਕਿਰਤ ਕਰੋ, ਨਾਮ ਜਪੋ, ਵੰਡ ਸਕੋ। ਇਸ ਮਹਾਨਤਾ ਦੇ ਉੱਤੇ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ, ਇਹਨਾਂ ਨੇ ਸਾਡਾ ਸਤਿਕਾਰ ਕੀਤਾ ਜੀ, ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਬਾਕੀ ਜਿਹੜਾ ਸਰਕਾਰ ਨੂੰ ਵੱਧ ਤੋਂ ਵੱਧ ਯੋਜਨਾਵਾਂ ਨੇ ਜਿਹੜੀਆਂ ਨਰੇਗਾ ਦੇ ਵਿੱਚ ਉਹ ਦੇਣੀਆਂ ਚਾਹੀਦੀਆਂ ਹਨ, ਜੋ ਉਹਨਾਂ ਦਾ ਭੱਤੇ ਦਾ ਜਿਹੜਾ ਮੰਗ ਆ ਉਹ ਵੀ ਉਹਨਾਂ ਨੂੰ ਪੂਰੀ ਕਰਨੀ ਚਾਹੀਦੀ ਹੈ ਜੀ। ਮੈਂ ਭਗਵੰਤ ਮਾਨ CM ਸਾਹਿਬ ਨੂੰ ਬਹੁਤ ਇਹ ਚੀਜ਼ ਲਈ ਬਹੁਤ ਧੰਨਵਾਦ ਕਰਾਂਗਾ ਜੇ ਇਹ ਕੰਮ ਇਹਨਾਂ ਦਾ ਇਹ ਕਰ ਦੇਣਗੇ। ਧੰਨਵਾਦ ਜੀ। ਸਰ ਦੂਜੀ ਗੱਲ ਇਹ ਹੈ, ਮੰਨ ਲਓ ਅੱਜ ਜਿਹੜੀ ਇਹਨਾਂ ਨੂੰ ਬੰਦਿਆਂ ਵਾਸਤੇ ਕੋਈ ਮੌਤ ਹੋ ਜਾਵੇ, ਰੱਬ ਨਾ ਕਰੇ, ਕਿਸੇ ਦਾ ਵੀ ਹੋ ਸਕਦੀ ਆ, ਪਰ ਇਹਨਾਂ ਦੀ ਕੋਈ ਬੀਮਾ ਸਕੀਮ ਹੈਗੀ ਹੈ ਜੀ ਲੋਕਾਂ ਵਾਸਤੇ ਜੀ? ਬੀਮਾ ਸਕੀਮ ਸਰਕਾਰ ਵੱਲੋਂ ਹਾਲੇ ਤੱਕ ਤਾਂ ਵੈਸੇ ਕੋਈ ਮੈਂ ਦੇਖਿਆ ਜਾਵੇ ਹੈ ਨਹੀਂ, ਪਰ ਇਹ ਹੋਣੀ ਚਾਹੀਦੀ ਹੈ ਕਿਉਂਕਿ ਇਹ ਵਿਚਾਰੇ ਜਿੱਥੇ ਵੀ ਘਾਹ ਫੂਸ ਹਰ ਜਗ੍ਹਾ 'ਤੇ ਹੱਥ ਪੱਲਾ ਮਾਰਦੇ ਨੇ, ਕੋਈ ਵੀ ਘਟਨਾ ਵਾਪਰ ਸਕਦੀ ਆ, ਉਹਦੇ ਲਈ ਇਹਨਾਂ ਨੂੰ ਅੱਜ ਦੇ ਸਮੇਂ ਤੱਕ ਇਹ ਸਰਕਾਰੀ ਮੁਲਾਜ਼ਮ ਦੇ ਤੌਰ 'ਤੇ ਹੀ ਹਨ, ਕਿਉਂਕਿ ਨਰੇਗਾ ਸਕੀਮ ਆ ਜਿਹੜੀ ਇਹ ਇੱਕ ਕਾਨੂੰਨ ਦੇ ਥਰੂ ਸਕੀਮ ਰੱਖੀ ਗਈ ਹੈ, ਇਸ ਕਰਕੇ ਇਹਨਾਂ ਨੂੰ ਇਹ ਭੱਤਾ ਅਤੇ ਉਹਦੇ ਸਕੀਮਾਂ ਦਾ ਲਾਭ ਜ਼ਰੂਰ ਦੇਣਾ ਚਾਹੀਦਾ ਜੀ। ਸਰ ਜਿਵੇਂ ਬਾਬਾ ਸਾਹਿਬ ਨੇ ਜੀ ਸੰਵਿਧਾਨ ਲਿਖਿਆ, ਸੰਵਿਧਾਨ ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਜਿੰਨੇ ਵੀ ਯੋਧੇ ਹੋਏ ਨੇ, ਭਾਵੇਂ ਭਗਤ ਸਿੰਘ ਹੋਇਆ, ਉਹਨਾਂ ਨੇ ਕੀਰਤੀ ਇੱਕ ਇਹਨਾਂ ਤੋਂ ਹੀ ਮੰਨਿਆ ਗਿਆ ਵੀ ਜਿਹੜਾ ਮਜ਼ਦੂਰ ਕਰਨ ਵਾਲਾ ਬੰਦਾ ਵੀ ਉਹਨੂੰ ਪਹਿਲ ਦਿੱਤੀ ਗਈ ਹੈ ਜੀ। ਅੱਜ ਦੀਆਂ ਸਰਕਾਰਾਂ ਇਹਨਾਂ ਦਾ ਕਿਉਂ ਨਹੀਂ ਸਤਿਕਾਰ ਕਰਦੀ ਹੈ ਜੀ? ਸਤਿਕਾਰ ਕਰਨਾ ਚਾਹੀਦਾ ਜੀ। ਸਰਕਾਰਾਂ ਜਿਵੇਂ ਆ ਕੇ ਘਰ ਘਰ ਇਹਨਾਂ ਤੋਂ ਵੋਟਾਂ ਲੈ ਕੇ ਰਾਜਨੀਤੀ ਕਰਕੇ ਆਪਣਾ ਬਣ ਜਾਂਦੇ ਨੇ ਸਾਰੇ, ਪਰ ਬਾਅਦ ਦੇ ਵਿੱਚ ਇਹਨਾਂ ਨੂੰ ਕੋਈ ਨਹੀਂ ਪੁੱਛਦਾ। ਇਹ ਬਹੁਤ ਇਹਨਾਂ ਦੀ ਅਣਗਹਿਲੀ ਹੈ। ਇਹਨਾਂ ਨੂੰ ਹਰ ਜਗ੍ਹਾ 'ਤੇ ਅੱਗੇ ਰੱਖਣਾ ਚਾਹੀਦਾ, ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਅਤੇ ਇਹਨਾਂ ਦੀਆਂ ਮੰਗਾਂ ਨੇ ਜੋ ਪੂਰੀਆਂ ਕਰਨੀਆਂ ਚਾਹੀਦੀਆਂ। ਸਰ ਤੁਸੀਂ ਆਪਦੇ ਵੱਲੋਂ ਕੋਈ ਸਰਕਾਰ ਨੂੰ ਅਪੀਲ ਕਰਨੀ ਚਾਹੋ ਵੀ ਇਹਨਾਂ ਦੇ ਲਈ ਕੁਝ ਸੋਚਿਆ ਜਾਵੇ? ਜਿਵੇਂ 303 ਰੁਪਏ ਦਿਹਾੜੀ ਆ ਇਹਨਾਂ ਦੀ ਜੀ, ਪਰ ਦੇਖੋ ਇੰਨੇ ਕੁ ਤਾਂ ਇਹਨਾਂ ਦਾ ਗੈਸ ਵੀ ਬਹੁਤ ਔਖਾ ਆਉਂਦਾ, 100 ਦਿਨ ਇਹਨਾਂ ਨੂੰ ਕੰਮ ਆ ਇੱਕ ਸਾਲ ਵਿੱਚ ਜੀ, ਇਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ? ਸਰ ਧੰਨ ਨੇ ਲੋਕ। ਹਾਂਜੀ ਹਾਂ, ਮੈਂ ਪਹਿਲਾਂ ਹੀ ਇਹ ਗੱਲ ਕਹਿ ਚੁੱਕਿਆ ਕਿ ਕਿੱਦਾਂ ਇਹ ਆਪਣੀ ਜ਼ਿੰਦਗੀ ਇੰਨੇ ਮਹਿੰਗਾਈ ਦੇ ਸਮੇਂ ਦੇ ਵਿੱਚ ਕਿਵੇਂ ਜ਼ਿੰਦਗੀ ਗੁਜ਼ਾਰਦੇ ਹੋਣਗੇ, ਤਾਂ ਸਰਕਾਰ ਨੂੰ ਇਹਨਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਅਤੇ ਦਿਹਾੜੀ ਵੀ ਥੋੜ੍ਹੀ ਵਧਾਉਣੀ। ਸੋ ਇਹ ਜੀ ਸਾਡੇ ਨਾਲ ਸੈਕਟਰੀ ਸਾਹਿਬ ਜਿਨ੍ਹਾਂ ਨੇ ਨਰੇਗਾ ਦੇ ਵਿੱਚ ਬਹੁਤ ਵਧੀਆ ਗੱਲਾਂ ਕਰੀਆਂ ਅਤੇ ਗਰੀਬਾਂ ਦੇ ਹੱਕਾਂ ਦੀਆਂ ਗੱਲਾਂ ਕਰੀਆਂ ਅਤੇ ਸਰਕਾਰ ਦਾ ਵੀ ਧੰਨਵਾਦ ਕਰਿਆ ਜੋ ਅੱਜ ਇਹਨਾਂ ਦੀ ਇੱਕ ਭੱਤਾ ਪੰਜਾਬ ਸਰਕਾਰ ਨੇ ਮਨਜ਼ੂਰ ਕਰਿਆ। ਧਰਮਪਾਲ ਜੱਸੋ ਮੱਝ ਹੋਰ ਸਰ
ਭਾਈ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਜੀ? ਅਸੀਂ ਕਹਿ ਰਹੇ ਹਾਂ ਜੀ ਸਾਡੀ ਦਿਹਾੜੀ ਦੇਖ ਵਧਾਈ ਜਾਵੇ, ਸਾਡਾ ਦੇ 300 ਦਿਨ ਤੱਕ ਪੂਰਾ ਕੀਤਾ ਜਾਵੇ, ਸਾਨੂੰ ਮਹੀਨਾ ਹੀ ਦੇਖ ਇੱਕ ਦਿਨ ਦੇ ਦਈਏ। ਨਹੀਂ ਅੱਜ ਤੁਹਾਡਾ ਜਿਹੜਾ ਦੇਣਾ ਪੂਰੇ ਪੰਜਾਬ ਪੱਧਰ ਤੇ ਮਨਾਇਆ ਜਾ ਰਿਹਾ ਜੀ, ਤੇ ਸੀਐਮ ਪੰਜਾਬ ਨੇ ਵੀ ਅੱਜ ਤੁਹਾਨੂੰ ਇੱਕ ਭੱਤਾ ਦੇਣਾ ਲਈ ਮਨਜ਼ੂਰੀ ਕਰਤੀ ਜਿਹੜੀ। ਹਾਂ ਦੇਖੋ ਵੀਰ ਜੀ, ਸਾਡਾ ਦਿਨ ਦੇਖੋ ਨਾ, ਪਹਿਲਾਂ ਪੂਰਾ ਨਹੀਂ 100 ਦਿਨ ਨਹੀਂ ਕਰਾਇਆ ਜਾਂਦਾ, ਤੇ ਸਾਰੇ ਦੇਖ ਸਾਡੇ ਦਿਨ ਪੂਰੇ ਕਰਾਏ ਜਾਣ, ਸਾਡੇ ਵਿੱਚ ਦੀ ਨਰੇਗਾ ਬੰਦ ਵੀ ਕਰੀ ਜਾਂਦੀ ਹੈ। ਜਿਵੇਂ ਸਰਪੰਚ ਸਾਹਿਬ ਵੱਲੋਂ ਜੀ ਬਹੁਤ ਵਧੀਆ ਮਿਹਨਤ ਕਰਕੇ ਕੰਮ ਕਰਾਏ ਜਾ ਰਹੇ ਨੇ ਸਰਪੰਚ ਸਾਹਿਬ ਵੱਲੋਂ, ਬਹੁਤ ਬਹੁਤ ਧੰਨਵਾਦ ਜੀ ਸਰਪੰਚ ਦਾ। ਸੱਚ ਦਾ ਵੀ ਭਾਈ ਧੰਨਵਾਦ ਹੈ, ਜਿਹੜਾ ਕਰਾਉਂਦਾ ਵਧੀਆ ਦੇਖ ਦਿਹਾੜੀ, ਧੰਨਵਾਦ ਉਹਦਾ ਵੀ। ਹਾਂ ਪਿਆਰੇ ਸਰਪੰਚ ਦਾ ਵੀ। ਤੁਸੀਂ ਕੁਝ ਮੈਮ ਕਹਿਣਾ ਚਾਹੋਗੇ ਜੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਇੱਥੇ ਪਹੁੰਚੇ ਸਾਰੇ ਸਰਪੰਚ ਸਾਹਿਬ ਜੀ ਤੇ ਮੈਂਬਰਾਂ ਦਾ ਧੰਨਵਾਦ ਕਰਦੀ ਹਾਂ, ਤੇ ਅਸੀਂ ਅੱਜ 1 ਮਈ ਨੂੰ ਜੀ ਨਰੇਗਾ ਦੇ ਵਿੱਚ ਮਜ਼ਦੂਰ ਦਿਵਸ ਮਨਾ ਰਹੇ ਹਾਂ, ਔਰ ਇਹਦੇ ਮਨ ਅਸੀਂ ਇਹਨਾਂ ਨੂੰ ਬੁਲਾਇਆ ਹੈਗਾ, ਔਰ ਅਸੀਂ ਜੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜਾ ਕਿ ਇਹਨਾਂ ਨੇ ਸਾਡੀ ਥੋੜ੍ਹੀ ਦਿਹਾੜੀ ਵਧਾਈ, ਪਰ ਹੋਰ ਮੰਗ ਕਰਦੇ ਨੇ ਸਾਡੇ ਮਜ਼ਦੂਰ ਕਿ ਇਹਨਾਂ ਤੋਂ ਬਿਨਾਂ ਦੇਖੋ ਆਪਾਂ ਵੀ ਜਾਣਦੇ ਹਾਂ ਕਿ ਕਿਤੇ ਵੀ ਕੰਮ ਨਹੀਂ ਚੱਲਦਾ ਮਜ਼ਦੂਰਾਂ ਤੋਂ ਬਿਨਾਂ ਜੀ, ਫੈਕਟਰੀਆਂ ਦੇ ਵਿੱਚ ਵੀ ਸਾਨੂੰ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ, ਖੇਤਾਂ ਦੇ ਵਿੱਚ ਵੀ ਮਜ਼ਦੂਰਾਂ ਦੀ ਲੋੜ ਪੈਂਦੀ ਆ, ਹੋਰ ਆਮ ਹਰੇਕ ਕੰਮ ਦੇ ਵਿੱਚ ਅਸੀਂ ਮਜ਼ਦੂਰ ਭਾਲਦੇ ਹਾਂ ਜੀ, ਇਹਨਾਂ ਦੀ ਅਸੀਂ ਇੰਨੀ ਕੁ ਅਹਿਮੀਅਤ ਤਾਂ ਸਮਝੀਏ ਤਾਂ ਕਿ ਵੀ ਇਹਨਾਂ ਦੀ ਜਿਹੜੀ ਦਿਹਾੜੀ ਆ ਉਹ ਪੂਰੀ ਦਿੱਤੀ ਜਾਵੇ, ਹੋਰ ਵਾਧਾ ਕੀਤਾ ਜਾਵੇ, ਔਰ ਜਿਹੜੇ ਮਜ਼ਦੂਰ ਨੇ ਇਹ ਕਹਿੰਦੇ ਨੇ ਕਿ ਸਾਨੂੰ 300 ਦਿਨ ਕੰਮ ਸੇ ਕੰਮ ਦਿੱਤੇ ਜਾਣ ਜੀ ਕੰਮ ਕਰਨ ਦੇ ਲਈ, ਅਸੀਂ ਵੱਧ ਤੋਂ ਵੱਧ ਕੰਮ ਕਰਕੇ ਆਪਣੇ ਦੇਸ਼ ਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਮਦਦ ਕਰੀਏ ਇੱਕ ਦੂਜੇ ਭੈਣ ਭਰਾ ਦੀ ਜੀ, ਬਸ ਇਹੀ ਕਹਿਣਾ ਚਾਹੁੰਦੇ ਹਾਂ ਕਿ ਕਿਰਪਾ ਕਰਕੇ ਸਾਡੀ ਜਿਹੜੀ ਰਿਕੁਐਸਟ ਆ ਉਹਨੂੰ ਮਨਜ਼ੂਰ ਕਰੋ, ਅਤੇ ਸਾਡੇ ਦਿਨਾਂ ਦੇ ਵਿੱਚ ਵੀ ਵਾਧਾ ਕਰੋ ਅਤੇ ਸਾਡੀ ਦਿਹਾੜੀ ਦੇ ਵਿੱਚ ਵੀ ਵਾਧਾ ਕਰੋ ਜੀ। ਮੈਮ ਜਿਵੇਂ ਸੀਐਮ ਪੰਜਾਬ ਵੱਲੋਂ ਸਰਕਾਰੀ ਮੁਲਾਜ਼ਮ ਦੀ 3000 ਰੁਪਇਆ ਪ੍ਰਤੀ ਦਿਨ ਦੇ ਹਿਸਾਬ ਨਾਲ ਦਿਹਾੜੀ ਦਿੱਤੀ ਜਾਂਦੀ ਆ, ਤੁਹਾਡੀ ਦਿਹਾੜੀ ਕਿੰਨੀ ਦਿੱਤੀ ਜਾ ਰਹੀ ਹੈ ਜੀ? ਸਾਡੀ ਜੀ ਪਹਿਲਾਂ 282 ਦਿੱਤੀ ਜਾਂਦੀ ਸੀ, ਹੁਣ ਸਾਨੂੰ 303 ਰੁਪਈਏ ਹੋਈ ਆ ਜੀ, ਇਹਦੇ ਲਈ ਵੀ ਚਲੋ ਧੰਨਵਾਦ ਕਰਦੇ ਹਾਂ, ਪਰ ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਦਿਹਾੜੀ ਦੇ ਵਿੱਚ ਕਿੰਨਾ ਕੰਮ ਕੀਤਾ ਜਾਂਦਾ, ਅਸੀਂ ਤਾਂ ਇਹ ਕਹਿਣਾ ਚਾਹੇ ਸਾਡਾ ਰੋਜ਼ ਮੁਆਇਨਾ ਕੀਤਾ ਜਾਵੇ ਕਿ ਅਸੀਂ ਕਿੰਨਾ ਕੰਮ ਕਰਦੇ ਹਾਂ, ਅਸੀਂ ਦਿਖਾਉਣ ਨੂੰ ਤਿਆਰ ਹਾਂ ਕਿ ਅਸੀਂ ਇੱਕ ਦਿਹਾੜੀ ਦੇ ਵਿੱਚ ਕਿੰਨਾ ਕੰਮ ਕਰਦੇ ਹਾਂ ਜੀ, ਬੇਸ਼ੱਕ ਸਾਨੂੰ ਚੈੱਕ ਕੀਤਾ ਜਾਵੇ ਔਰ ਅਸੀਂ ਪੂਰਾ ਕੰਮ ਕਰਦੇ ਹਾਂ ਜੀ, ਦਿਹਾੜੀ ਵਾਧਾ ਕੀਤਾ ਜਾਵੇ ਜੀ ਸਾਡਾ। ਤੇ ਮੈਂ ਤੁਹਾਨੂੰ ਜਿਵੇਂ ਸਰਕਾਰ ਵੱਲੋਂ ਕੋਈ ਬੀਮਾ ਵਗੈਰਾ ਦਿੱਤਾ ਜਾ ਰਿਹਾ ਜੀ? ਨਹੀਂ ਜੀ, ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ, ਨਾ ਸਾਨੂੰ ਕੁਝ ਮਿਲਿਆ।